ਬਾਕੀ ਇੱਕ ਬਾਈ ਜਿਵੇਂ ਜਾਨਵਰ ਤੁਹਾਡੇ ਕੋਲੇ ਬਹੁਤ ਚੰਗੇ, ਅੱਜ ਤੱਕ ਤੁਹਾਡੀ ਕੋਈ ਫੋਟੋ ਵੀਡੀਓ ਨਹੀਂ ਆਈ ਸੀਗੀ, ਹੈ ਨਾ? ਵੀ ਇਹ ਵੀ ਬਹੁਤ ਪੁੱਛਦੇ ਲੋਕ, ਇਹਦਾ ਕੀ ਕਾਰਨ ਆ, ਤੁਸੀਂ ਵੀਡੀਓ ਕਿਉਂ ਨਹੀਂ ਬਣਾਈ ਅੱਜ ਤੱਕ? ਮੈਂ ਤੁਹਾਨੂੰ ਦੱਸਦਾ ਜੀ, ਮੇਰੇ ਉਸਤਾਦ ਜੀ ਨੇ ਬਾਈ ਪੰਮਾ ਜੀ ਨੇ 45 ਸਾਲਾਂ ਬਾਅਦ ਸ਼ਾਇਦ ਤੁਹਾਡੇ ਤੋਂ ਹੀ ਹਾਂਜੀ ਸ਼ੂਟ ਕਰਵਾਈ ਸੀ ਵੀਡੀਓ। ਹਾਂਜੀ, ਤੇ ਜੇ ਉਹਨਾਂ ਨੇ ਨਹੀਂ ਕਰਵਾਈ ਸੀ ਇੰਨੇ ਚਿਰ ਤੇ ਆਪਾਂ ਨੂੰ ਕਿੱਡੀ ਕਲੋੜ ਸੀ। ਆਪਾਂ ਤਾਂ ਉਹਨਾਂ ਦੇ ਮਤਲਬ ਕਿ ਕਹਿੰਦੇ ਕਦਮਾਂ ਤੇ ਤੁਰਨਾ ਹੀ ਕਰਨਾ ਹੀ। ਠੀਕ ਹੈ ਜੀ। ਤੇ ਬਾਈ ਜੀ ਨੇ ਤੁਹਾਨੂੰ ਕਿਹਾ ਵੀ ਚੱਲ ਜਾਓ ਤੁਸੀਂ, ਤੇ ਤੁਸੀਂ ਸਾਡੇ ਤੱਕ ਪਹੁੰਚਦੇ ਹੋਏ ਜੀ। ਇਹਦਾ ਨਾਂ ਲੱਡੂ ਹੈ ਜੀ। ਲੱਡੂ? ਹਾਂਜੀ ਹਾਂਜੀ। ਠੀਕ ਹੈ ਜੀ, ਅਗਲੀ ਪੱਠ ਦਿਖਾਇਓ ਜੀ। ਹਾਂਜੀ, ਇਹਦਾ ਨਾਂ ਬੂੰਦੀ ਰੱਖਿਆ ਜੀ। ਬੂੰਦੀ? ਆ ਲੱਡੂ ਤੇ ਆ ਲੱਡੂ ਬੂੰਦੀ। ਹਾਂਜੀ ਹਾਂਜੀ, ਠੀਕ ਹੈ ਜੀ। ਸਾਡੀ ਗੁੜੀਆਂ ਨੇ ਜੀ, ਸਾਡੀ ਗੁੜੀਆਂ ਨੇ ਲਾ ਰੱਖੇ ਆ, ਬਹੁਤ ਸ਼ੌਂਕ ਰੱਖਦੀ ਆ। ਠੀਕ ਹੈ ਬਾਈ, ਕੰਮ ਦੇ ਵਿੱਚ। ਇਹਦੀ ਕੀ ਡਿਟੇਲ ਆ ਜੀ ਪੱਠ ਦੀ? ਇਹ ਵੀ 45-45 ਕਰ ਗਈ ਜੀ, ਪਹਿਲਣੀ ਪੱਠ ਆ 6 ਦੰਦ। ਅੱਛਾ, 6 ਦੰਦ। ਤੁਸੀਂ ਫਿਰ ਕਰਾਓ ਸੀ 4-6 ਦੰਦ ਦੇ ਕਰਾਉਣੇ ਹੋ? ਬਸ 4 ਦੰਦ ਤੋਂ ਬਾਅਦ ਜੀ। ਠੀਕ ਹੈ ਜੀ। ਤੇ ਉਹ ਬਾਈ ਪੰਮੇ ਤੋਂ ਪੁੱਛ ਲਈਦਾ ਜੀ, ਆਪਾਂ ਤਾਂ ਤੁਹਾਨੂੰ ਮੈਂ ਸਹੀ ਦੱਸਦਾ ਵੀ ਜਿਹੜਾ ਕੰਮ ਹੁੰਦਾ ਉਹਨਾਂ ਤੋਂ ਪੁੱਛੇ ਤੋਂ ਬਿਨਾਂ ਆਪਣਾ ਕੁਛ ਵੀ ਨਹੀਂ। ਜ਼ਿਆਦਾ ਬਾਈ ਕੋਲ ਇਹ ਰੰਗ ਦੀਆਂ ਬੱਕਰੀਆਂ ਹਨਾ, ਪੁਰਾਣਾ ਰੰਗ ਹੈ ਇਹ। ਹਾਂਜੀ ਹਾਂਜੀ। ਇਹ ਵੀ ਦਿਖਾਓ ਚਲਾ ਕੇ ਜੀ। ਚੱਲ ਪਤਾ। ਇਹ ਆ ਬਾਈ ਲੱਡੂ ਬੂੰਦੀ, ਕਰੋ ਦਰਸ਼ਨ ਹਨਾ। ਜਦੋਂ ਆਪਾਂ ਕੱਦ ਦੀ ਗੱਲ ਕਰਦੇ ਹਾਂ ਤਾਂ ਦੇਖੋ ਕੱਦ ਵਾਲੀਆਂ ਬੱਕਰੀਆਂ ਬਹੁਤ ਹੀ ਟੌਪ ਕੁਆਲਿਟੀ ਦੇ ਜਾਨਵਰ ਆ ਬਾਈ। ਹਾਂਜੀ ਬਾਈ, ਇਹਨਾਂ ਦੀ ਦੱਸੋ ਕੀ ਡਿਟੇਲ ਆ ਜੀ? ਇਹ 6-8 ਦੰਦ ਕਰ ਗਈ। ਅੱਛਾ ਜੀ, ਇਹ ਵੀ 8 ਦੰਦ ਆ ਜੀ। ਜੈਡ ਬਲੈਕ, ਰਿਜ਼ਲਟ ਬਹੁਤ ਚੰਗੇ ਇਹਨਾਂ ਦੀ। ਇਹ 48 ਇੰਚ ਬੱਚਾ ਕਰ ਗਈ। 48 ਇੰਚ ਦਾ ਬੱਚਾ ਦਾ ਤਿਆਰ ਹੋ ਗਿਆ। ਹਾਂਜੀ, ਗੁਰੂ ਹਰਸਰਾਏ ਸੰਦੀਪ ਆ ਮੁੰਡਾ ਜੀ। ਠੀਕ ਹੈ ਜੀ, ਆਪਣੇ ਚੌਧਰੀਆਂ ਦਾ ਮੁੰਡਾ ਜੀ, ਸ਼ੇਰੇ ਰੰਗ ਦਾ ਬੱਚਾ ਦਿੱਤਾ ਨੇ। 48 ਇੰਚ ਬੱਚਾ ਗਿਆ ਜੀ ਇਹਦਾ, 8 ਦੰਦ ਹੋਣ ਕਰੇ ਬੱਚਾ, ਬਹੁਤ ਚੰਗਾ ਬੱਚਾ। ਕਿੰਨੇ ਸੂਏ ਲਏ ਇਹਦੇ ਤੋਂ ਜੀ? ਇਹ ਤੀਜਾ ਸੂਆ, ਹੁਣ ਤੀਜੇ ਸੂਆ, ਹੁਣ ਸੂਏ, ਹੁਣ ਸੂਗੀ ਤੀਜੇ ਸੂਏ। ਹਾਂਜੀ ਹਾਂਜੀ ਬਾਈ, ਜਿਵੇਂ ਆਮ ਬੱਕਰੀਆਂ ਸਾਡੇ ਵਰਗਿਆਂ ਕੋਲੇ ਹੁੰਦੀਆਂ 8 ਦੰਦ ਤੇ ਬੁੜੀਆਂ ਕਰ ਦਿੰਦੇ, ਬੱਕਰੀਆਂ ਬੁੱਢੀਆਂ ਹੋ ਜਾਂਦੀਆਂ ਬੁੱਢੀਆਂ, ਇਹ ਤਾਂ ਜਵਾਨ। ਤੁਸੀਂ ਇਹ ਤੀਜਾ ਸੂਆ ਹੀ ਲੈਣੇ ਹੋ? ਨਹੀਂ ਨਹੀਂ, ਇਹ ਤਾਂ ਹੁਣ ਜਵਾਨ ਹੋਈ ਹੈ, ਇਹ ਕਿੱਥੋਂ ਬੁੱਢੀਆਂ ਹੋ ਜਾਣਗੀਆਂ। ਠੀਕ ਹੈ ਜੀ। ਤੇ ਇਸ ਬੱਕਰੀ ਨੇ ਕਿੰਨੇ ਸੂਏ ਦਿੱਤੇ ਜੀ? ਕਿਹੜੀ ਨਹੀਂ, ਇਹਨੇ ਜੀ, ਇਹਨੇ ਥੋੜੇ ਜ਼ਿਆਦਾ ਲਾਤੇ। ਅੱਛਾ ਜੀ, ਇਹਨੇ ਤਾਂ 5-6 ਸੂਏ ਲਾਤੇ। ਇਹਦਾ ਰਿਜ਼ਲਟ ਕਿਵੇਂ ਦਾ ਹੈ ਜੀ? ਇਹਦਾ ਵੀ ਬਹੁਤ ਜ਼ਬਰਦਸਤ ਰਿਜ਼ਲਟ। ਬਹੁਤ ਵਧੀਆ। ਹਾਂਜੀ ਹਾਂਜੀ, ਠੀਕ। ਇਹਦੇ ਕੀ, ਇਹਦਾ ਬੱਚਾ ਗਿਆ ਤੋਲ ਚ, ਮੈਂ ਦੱਸੂਗਾ ਤੁਹਾਨੂੰ, ਖੱਸੀ ਕਰਕੇ ਤੋਲ ਰਿਹਾ ਬੱਚਾ। ਅੱਛਾ ਜੀ, ਉਹ ਜਿਵੇਂ ਮਰਜ਼ੀ ਸਮਝੋ ਤੁਸੀਂ, ਗਿਆ ਉਹ, ਮੈਂ ਤਾਂ ਦਿੱਤਾ ਸੀ ਉਹਨਾਂ ਨੂੰ ਬਰੀਡ ਵਾਸਤੇ। ਹਾਂਜੀ, ਉਹਨਾਂ ਨੇ ਖੱਸੀ ਕਰ ਲਿਆ ਤੇ ਤੁਲੂਗਾ ਬੱਚਾ, ਫਿਰ ਮੈਂ ਤੁਹਾਨੂੂੰ ਦੱਸੂਗਾ। ਹਜੇ ਤੁਲੂਗਾ ਹਨਾ? ਹਾਂਜੀ ਹਾਂਜੀ, ਠੀਕ ਹੈ ਬਾਈ, ਬਹੁਤ ਵਧੀਆ ਰਿਜ਼ਲਟ ਆ ਬੱਕਰੀ। ਲੋ ਬਈ, ਬਹੁਤ ਹੀ ਵਧੀਆ ਟੌਪ ਕੁਆਲਿਟੀ ਦੇ ਜਾਨਵਰ ਆ। ਹਾਂਜੀ ਤੇ ਬੱਕਰੀਆਂ ਦੇਖੋ ਜੈਡ ਬਲੈਕ ਦੇ ਵਿੱਚ ਹਨਾ। ਇਹ ਕਿੰਨੀ ਕਿੰਨੀ ਹਾਈਟ ਚ ਹੋਣਗੀਆਂ ਜੀ? ਇਹ 40-40+ ਹੈ ਜੀ। 40-40+। ਹਾਂਜੀ ਹਾਂਜੀ, ਠੀਕ ਹੈ ਬਾਈ, ਦਿਖਾਇਓ ਤੋਰ ਕੇ ਜੀ। ਚਲੋ ਅਗਲੀਆਂ ਲੈ ਆਓ ਜੀ। ਦੇਖੋ ਬਈ, ਐਂ ਨਾ ਸਮਝ ਲਓ ਕੋਈ ਵੀ ਚੋਣਵੀਆਂ ਦਿਖਾਈ ਜਾਂਦੇ ਆ ਬਾਈ ਕੋਲੇ। ਜਿੰਨੀਆਂ ਵੀ ਬੱਕਰੀਆਂ ਸਾਰੀਆਂ ਇਸੇ ਕੱਦ ਵੱਢ ਦਈਆਂ ਹਨਾ, ਕਿਉਂਕਿ ਇੰਨੇ ਸਾਲ ਹੋ ਗਏ ਬਰੀਡ ਤੇ ਕੰਮ ਕਰਦਿਆਂ ਨੂੰ, ਹੌਲੀ ਹੌਲੀ ਜਿਹੜੀ ਬਰੀਡ ਦੇ ਵਿੱਚ ਸੁਧਾਰ ਹੋ ਜਾਂਦਾ। ਤੇ ਅੱਜ ਜੇ ਗੱਲ ਕਰੀਏ ਆਪਾਂ, 100% ਪਿਓਰ ਸੈਦੋ ਕੇ ਬਲੱਡ ਲਾਈਨ ਬਾਈ ਕੋਲੇ ਤਿਆਰ ਆ। ਆ ਦੇਖੋ ਹਨਾ, ਜਿੰਨੇ ਬਰੀਡਰ ਆ, ਜਿੰਨੀਆਂ ਬੱਕਰੀਆਂ ਹੈਗੀਆਂ, ਕਿਸੇ 'ਚ ਕੋਈ ਕਮੀ ਨਹੀਂ। ਲਓ ਵੀ ਦੋਸਤੋ, ਆ ਦੇਖੋ ਲਾਲ ਡੱਬੇ ਰੰਗ ਦੇ ਵਿੱਚ ਬੱਕਰੀਆਂ, ਤੇ ਬਾਈ ਤੋਂ ਲੈਂਦੇ ਹਾਂ ਡਿਟੇਲ। ਹਾਂਜੀ ਬਾਈ, ਸ਼ੇਰਾ ਜੀ, ਇਹਨਾਂ ਦੀ ਕੀ ਡਿਟੇਲ ਆ ਜੀ? ਇਹ 6 ਦੰਦ ਪੱਠ ਹੈ। 6 ਦੰਦ ਪੱਠ ਹੈ ਜੀ। ਹਾਂਜੀ, ਹੈਲੋ। ਲਓ ਜੀ, ਕਰੋ ਦਰਸ਼ਨ। ਇਹ ਨਹੀਂ ਹੋਊਗਾ ਬਾਈ ਕਿਸੇ ਗੱਲ 'ਚ ਫਰਕ ਹੋਊਗਾ, ਜਿਹੜੀ ਗੱਲ ਕਹਿਤੀ ਉਹੀ ਹੋਊਗੀ।
6 ਦੰਦ ਪੱਠ ਆ ਤੇ ਹਾਈਟ ਕਿੰਨੀ ਹੈ ਜੀ ਇਹਦੀ? ਇਹ ਤਾਂ ਹੋਊਗੀ 43 ਕਿੰਨਵੇਂ ਸੂਏ ਆ ਜੀ? ਇਹ ਤਾਂ ਪਹਿਲੇ ਸਵਾਉਂਗਾ ਮੈਂ ਹੁਣ ਹੀ, ਅਜੇ ਸਵਾਈ ਨੇ। ਅੱਛਾ, ਹਜੇ ਪਹਿਲੇ ਸੂਏ ਸੂਣਾ? ਹਾਂਜੀ, ਲਵਾਈ ਵੀ ਹੈ ਤੇ ਥਣ ਕਰ ਗਈ ਵੱਡੇ ਵੱਡੇ ਤੇ, ਮਤਲਬ ਉਹਦੇ ਹਿਸਾਬ ਨਾਲ ਫਿਰ ਆਪਾਂ ਨੂੰ ਇਹ ਝੋਲਾ ਚੜਾਉਣਾ ਪੈਂਦਾ, ਝੋਲੇ ਕਿਤੇ ਥਣ ਨਾ ਖਰਾਬ ਕਰ ਦੇਣ। ਅੱਛਾ ਜੀ, ਵੱਡੀ ਗੱਲ ਇਹ ਦੇਖੋ, ਇਸ ਪੱਠ ਦੀ ਇਹ ਆ। ਅੱਛਾ, ਇਹਦੀ ਇਹ ਹੀ ਹੈ ਇਸ ਪੱਠ ਦੀ ਇਹ ਧੀ ਆ ਇਹ? ਠੀਕ ਆ। ਇਹ ਬਈ ਮਾਂ ਹੈਗੀ ਇੱਧਰ ਹਰੇ ਝੋਲੇ ਵਾਲੀ ਤੇ ਗੁਲਾਬੀ ਝੋਲੇ ਵਾਲੀ ਧੀ ਆ, ਤੇ ਮਾਂ ਨਾਲੋਂ ਜਿਹੜੀ ਹਾਈਟ ਵੀ ਜ਼ਿਆਦਾ ਇਹਦੀ, ਹਨਾ ਬਈ ਲੰਬਾਈ ਚ ਵੀ ਹੈਗੀ ਆ। ਹਾਂਜੀ ਹਾਂ। ਤੇ ਮਾਂ ਨੇ ਬਈ ਕਿੰਨੇ ਸੂਏ ਦਿੱਤੇ ਨੇ? ਇਹ 7-8 ਸੂਏ ਦੇ ਗਈ। 7-8 ਸੂਏ? ਹਾਂਜੀ ਹਾਂਜੀ, ਠੀਕ ਹੈ। ਬਹੁਤ ਟੌਪ ਦੇ ਬੱਚੇ ਕੱਢੇ। ਦੁੱਧ ਦੱਧ ਕਿੰਨਾ ਹੈਗਾ ਇਹਨਾਂ ਥੱਲੇ? ਵਧੀਆ ਦੁੱਧ ਹੈ ਜੀ। ਵਧੀਆ ਦੁੱਧ ਦਾ, ਬੱਚੇ ਵਧੀਆ ਰਜਾਉਂਦੇ। ਹਾਂਜੀ ਹਾਂਜੀ। ਜੇ ਬੱਚੇ ਨਾ ਰਜਾਉਣ ਤਾਂ ਫਿਰ ਆਹ ਪੱਠਾਂ ਕਿੱਥੋਂ ਤਿਆਰ ਹੋ ਜਾਣਗੀਆਂ? ਤਿਆਰ ਨਹੀਂ ਹੁੰਦੀਆਂ ਹਨਾ, ਇਹ ਨਹੀਂ ਤਿਆਰ ਹੁੰਦੇ ਜਾਨਵਰ। ਜੇ ਦੁੱਧ ਹੋਊਗਾ ਤਾਂ ਜਾਨਵਰ ਤਿਆਰ ਹੋਣਗੇ। ਗੱਲਾਂ ਕਈ ਬੰਦੇ ਕਹਿ ਦਿੰਦੇ ਸੀ ਵੀ ਬਈ ਪੰਮੇ ਵਾਲੇ ਬੱਕਰਿਆਂ ਦੇ ਕੰਨ ਛੋਟੇ ਹੁੰਦੇ ਆ, ਇੱਥੇ ਆ ਕੇ ਚੈੱਕ ਕਰ ਲਓ ਬਈ। ਦੇਖ ਲਓ ਜੀ, ਪੱਠਾਂ ਦੇ ਕੰਨ ਦੇਖ ਲਓ ਤੇ ਬੱਕਰਿਆਂ ਦੇ ਤੁਹਾਨੂੰ ਦਿਖਾਏ ਸਾਰੇ ਭਲੇਖੇ ਕੱਢਦੇ ਜੀ, ਸਾਰੇ ਭਲੇਖੇ ਆ ਜਾਂਦੇ, ਸਭ ਹਾਈਟ ਲੈਂਥ ਦੇ ਸਭ ਭਲੇਖੇ ਕੱਢਦੇ। ਅੱਖ ਵੀ ਇਹਦੀ ਚਿੱਟੀ ਆ ਹਨਾ, ਦੋਨੇ ਤਰ੍ਹਾਂ ਦੀਆਂ ਅੱਖਾਂ ਜੀ ਆਈ ਜਾਂਦੇ ਬੱਚੇ। ਦਿਖਾਇਓ ਜੀ, ਚਲਾ ਕੇ ਦਿਖਾਇਓ ਪੱਠ। ਚੱਲ ਬੱਤੇ, 6 ਦੰਦ ਪੱਠ ਆ ਜੀ ਤੇ ਪਹਿਲੀ ਵਾਰ ਹਜੇ ਨੇ ਸੂਣਾ। ਲਓ ਬਈ ਕਰੋ ਦਰਸ਼ਨ। 43 ਹਾਈਟ ਹੈ, 43 ਇੰਚ ਹਾਈਟ ਆ, ਤੇ ਆਹ ਬੱਕਰੀ ਇਸੇ ਪੱਠ ਦੀ ਮਾਂ ਹੈਗੀ ਆ। ਬਾਈ ਨੇ ਦੱਸਿਆ ਵੀ 7-8 ਸੂਏ ਇਹਨੇ ਦੇ ਦਿੱਤੇ ਆ ਬੱਕਰੀ ਨੂੰ। ਲਓ ਜੀ, ਹਾਂਜੀ ਬਾਈ, ਇਹਨਾਂ ਦੀ ਦੱਸੋ ਕੀ ਡਿਟੇਲ ਹੈ ਜੀ? ਇਹ ਬਾਈ ਜੀ 8 ਦੰਦ ਆ, ਇਹ ਮੇਰੇ ਖਿਆਲ 2 ਦੰਦ ਕਿ 4 ਹੋ ਗਈ ਹੋਣੀ, ਤਾਂ ਧੱਕੇ ਨਾਲ ਕ੍ਰੋਸ ਹੋ ਗਈ ਸੀ। ਅੱਛਾ ਜੀ, ਹਾਂਜੀ, ਜਿਹੜਾ ਚਿੱਟੇ ਮੂੰਹ ਵਾਲਾ ਬੱਚਾ ਵਿਖਾਇਆ ਸੀ, ਹਾਂਜੀ ਹਾਂਜੀ, ਇਹਦਾ ਬੱਚਾ ਜੀ ਪਹਿਲੇ ਸੂਏ ਦਾ। ਠੀਕ ਹੈ ਜੀ, ਆਹ ਬੱਕਰੀ ਦਾ ਬੱਚਾ ਵੀ ਚਿੱਟੇ ਮੂੰਹ ਵਾਲਾ, ਜਿਹੜਾ 5 ਮਹੀਨੇ ਦਾ ਸੀ ਬੱਚਾ। ਹਾਂਜੀ ਹਾਂਜੀ, 5 ਮਹੀਨੇ ਦਾ। ਠੀਕ ਹੈ ਜੀ, ਇਹਦਾ ਬੱਚਾ ਸੀ। ਤੇ ਇਹ ਬੱਕਰੀ ਜੀ, ਇਹ ਬੱਕਰੀ ਬਾਈ ਪੰਮਾ ਜੀ ਤੋਂ ਆਈ ਸੀ ਬਾਈ ਜੀ। ਅੱਛਾ, ਬਾਈ ਦੇ ਘਰੋਂ ਆਈ ਸੀ? ਹਾਂਜੀ ਹਾਂਜੀ, ਬਾਈ ਦੇ ਘਰੋਂ ਆਈ ਸੀ, ਤੇ ਉਹ ਪਿੱਛੇ ਜਿਹੜਾ ਲੋਹਾ ਬੱਕਰਾ ਤੁਹਾਨੂੰ ਦਿਖਾਇਆ ਸੀ, ਜਿਹੜਾ ਪੰਮੇ ਬਾਈ ਤੋਂ ਲੈ ਕੇ ਆਏ, ਲੈ ਕੇ ਇਸੇ ਦਾ ਬੱਚਾ ਸੀ ਇਹ ਬਾਈ, ਤਾਂ ਮੈਂ ਲੈ ਕੇ ਆਂਦੀ ਆਈ। ਅੱਛਾ, ਜਦੋਂ ਲੈ ਕੇ ਆਇਆ ਬਾਈ ਜੀ ਨੇ ਕਿਹਾ ਸੀ ਇਹ ਬੱਕਰਾ ਦੇ ਤਾਂ ਬੱਕਰਾ ਮੈਨੂੰ ਦੇ ਦੇ। ਅੱਛਾ, ਤੇ ਮੈਂ 5 ਮਹੀਨਿਆਂ ਦਾ ਪਾਲ ਕੇ ਫੜਾਇਆ ਸੀ ਬਾਈ ਜੀ ਨੂੰ ਬੱਕਰਾ, ਵੀ ਲਓ ਬਾਈ ਜੀ ਤੁਹਾਡਾ ਬੱਚਾ। ਠੀਕ ਆ, ਫਿਰ ਤੁਸੀਂ ਵਾਪਸ ਫੇਰ ਲੈ? ਹੁਣ ਤਾਂ ਮੈਂ ਲਿਆਉਂਦਾ ਧੱਕਾ ਕਰ ਲਿਆ ਤੁਹਾਨੂੰ ਮੈਂ ਦੱਸਦਾ ਵੀ ਘਰ ਵਾਲੀ ਗੱਲ ਮੇਰੀ ਉਹਨਾਂ ਨਾਲ। ਲਓ ਜੀ, ਕਰੋ ਬਾਈ ਦਰਸ਼ਨ। ਹਨਾ, ਇਹ ਬੱਕਰੀ ਨੇ ਬਰੀਡਰ ਜੰਮੇ ਆ, ਬੱਕਰੀਆਂ ਬਹੁਤ ਹੁੰਦੀਆਂ, ਹਰ ਬੱਕਰੀ ਬਾਈ ਬਰੀਡਰ ਨਹੀਂ ਜੰਮਦੀ ਹਨਾ। ਹਾਂਜੀ ਹਾਂਜੀ, ਹਰ ਬੱਕਰੀ ਨਹੀਂ ਜੰਮਦੀ। ਆਹ ਬੱਕਰੀ ਦਾ ਬੱਕਰਾ, ਲੋਹਾ ਬੱਕਰਾ, ਜਿਹੜੀ ਆਪਣੇ ਚੈਨਲ ਤੇ ਵੀਡੀਓ ਵੀ ਚੱਲੀ ਸੀ, ਤੁਹਾਨੂੰ ਦਿਖਾਇਆ ਵੀ ਆ ਹਨਾ, ਆਹ ਖੜਾ ਬੱਕਰਾ ਜਿਹੜਾ, ਇਹ ਬੱਕਰੀ ਦਾ ਬੱਚਾ ਹੈ। ਲਓ ਕਰੋ ਦਰਸ਼ਨ, ਇਹ ਹੁਣ ਸੂਣ ਵਾਲੀਆਂ ਪੱਠਾਂ, ਹੁਣ ਸੂਣ ਵਾਲੀਆਂ ਜੀ। ਠੀਕ ਹੈ ਜੀ, ਇਹਦੀ ਫੇਸ ਦੀ ਕੁਆਲਿਟੀ ਵੀ ਅਲੱਗ ਤਰ੍ਹਾਂ ਦੀ ਆ ਹਨਾ ਜੀ। ਹਾਂਜੀ ਹਾਂ, ਤੇ ਉਹ ਬੱਕਰੇ ਦੀ ਇਸੇ ਨਾਲ ਦੀ ਆ, ਇਸੇ ਨਾਲ ਦੀ ਆ। ਬਹੁਤ ਵਧੀਆ ਰਿਜ਼ਲਟ ਦਿੱਤਾ ਜੀ। ਠੀਕ ਹੈ ਜੀ, ਇਹਦੀਆਂ ਪੱਠਾਂ ਵੀ ਦਿਖਾਉਣਾ ਮੈਂ ਤੁਹਾਨੂੰ, ਦਿਖਾ ਦਿਓ। ਹਾਂਜੀ, ਮੰਗਾ ਲਓ ਜੀ। ਹਾਂਜੀ, ਆ ਇਸੇ ਦੀ ਪੱਠ ਹੈ ਜੀ, 2 ਦੰਦ ਵੀ ਧੱਕਾ ਕਰਕੇ ਕਿਤੇ ਲੱਗ ਲੂਗੀ, ਮੈਨੂੰ ਤਾਂ ਪਤਾ ਨਹੀਂ ਲੱਗਿਆ। ਅੱਛਾ ਹਾਂਜੀ, ਇੱਕ ਵਾਰੀ 2 ਦੰਦ ਫਿਰ ਵੀ ਹਾਈਟ ਚੰਗੀ ਕਰ ਗਈ ਹੈ ਜੀ। ਹਾਂਜੀ, 38 ਕਰ ਗਈ ਆਰਾਮ ਨਾਲ। ਆਹ ਦੇਖੋ ਬਈ, ਹਾਂਜੀ, ਬਹੁਤ ਹੀ ਸੋਹਣੀ ਪੱਠ ਆ। ਆਹ ਦੇਖ ਲਓ ਜੀ, 2 ਦੰਦ ਤਾਂ ਚੋਕ ਦੇ ਪੱਟੇ ਆ, ਬਰਾਬਰ ਨੇ ਹੁਣ ਪੱਟੇ। ਠੀਕ ਹੈ, ਹਾਂਜੀ, ਇਸੇ ਬੱਕਰੀ ਦੀ ਪੱਠ ਆ ਬਈ ਹਨਾ। ਹਾਂਜੀ ਹਾਂਜੀ, ਆ ਵੀ ਇਹਦੀ, ਆ ਵੀ ਇਸੇ ਦੀ ਪੱਠ ਹੈ। ਲਓ ਬਈ, ਆ ਵੀ ਇਸੇ ਬੱਕਰੀ ਦੀ ਪੱਠ ਆ। ਕਰੋ ਦਰਸ਼ਨ, ਇਹ ਕਿੰਨੇ ਚਿਰ ਦੀ ਹੋ ਗਈ ਜੀ ਪੱਠ? ਇਹ ਤਾਂ 4 ਮਹੀਨੇ ਦੀ ਹੋ ਗਈ। 4 ਮਹੀਨੇ ਦੀ, ਦੁਬਾਰੇ ਬੱਕਰੀ ਹੁਣ ਗੱਭਣ ਆ ਹਨਾ, ਦੁਬਾਰਾ ਹੁਣ ਗੱਭਣ ਹੋਈ ਵੀ ਹੈ ਜੇ ਟਾਈਮ ਲਊਗੀ ਸੂਣ ਚ। ਠੀਕ ਹੈ ਜੀ, ਹਾਂਜੀ ਹਾਂਜੀ ਬਾਈ ਜੀ, ਇਹਨਾਂ ਪੱਠਾਂ ਦੀ ਦੱਸੋ ਜੀ ਕੀ ਡਿਟੇਲ ਹੈਗੀ ਆ? ਇਹ ਵੀ ਪੱਠਾ ਆਪਣੀ ਬਾਈ ਵਾਲੀ ਦੇ ਰਵੇ ਚ।
ਠੀਕ ਹੈ ਜੀ, ਤੁਸੀਂ ਸਮਝ ਲਓ 22 ਦੀਆਂ ਹੀ ਆ ਸਾਰੀਆਂ। ਹਾਂਜੀ, ਕਿੰਨੀ ਕਿੰਨੀ ਉਮਰ ਹੈ ਇਹਨਾਂ ਦੀ? ਇਹ ਪਹਿਲਣ ਪੱਟ ਸੂਈ ਹੈ। ਪਹਿਲਣ ਸੂਈ ਹੈ ਜੀ। ਹਾਂਜੀ ਹਾਂਜੀ, ਠੀਕ ਆ। ਇਹ ਵੀ ਕੰਨਾਂ ਦੀ ਲੰਬਾਈ ਚੈੱਕ ਕਰੋ ਵੀ, ਜਿਹੜੇ ਕਹਿੰਦੇ ਕੰਨ ਛੋਟੇ ਆ, ਕੰਨ ਕਿੰਨੇ ਚ ਹੋਊਗਾ ਬਈ ਕੰਨ? ਇਹ ਦੇਖ ਲਓ ਜੀ, ਆਪਾਂ ਤੇ ਮਿਲਿਆ ਨਹੀਂ ਪੂਰਾ ਬਈ, ਪੂਰੀ ਲੰਬਾਈ ਹੈ ਕੰਨ ਦੀ, ਹਨਾ। ਬਾਕੀ ਸਿੰਘ ਦੇਖੋ ਜਮਾ ਨਾਲ ਨਾਲ, ਆ ਚ ਆ ਹੁੰਦੀ ਹੈ ਕੁਆਲਿਟੀ ਸਿੰਘਾਂ ਦੀ। ਲੋ ਇਹ ਵੀ ਪਹਿਲਣ ਪੱਠ ਹੈ, ਸ਼ਾਈਨਿੰਗ ਦੇਖੋ ਹਨਾ ਪੱਠਾਂ ਦੀ ਬਈ, ਪਤਲੀ ਲੂਈ ਦੀਆਂ ਪੱਠਾਂ। ਇਹ ਵੀ ਪਹਿਲਣ ਪੱਠ ਹੈ। ਠੀਕ ਹੈ ਜੀ। ਇੱਕ ਵੀ ਬੱਕਰੀ ਦੇ ਵਾਲ ਹੈ ਨਹੀਂ ਪੱਠਾ? ਹਾਂ, ਬੱਕਰੀਆਂ ਦੇ।